ਗੁੱਡ ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ ਹੈ, ਲੱਕੀ ਕਲਰ ਕਿਹੜਾ ਹੈ, ਲੱਕੀ ਨੰਬਰ ਕੀ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ। ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਗਏ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ ਦੇ ਜਾਤਕ ਜੇਕਰ ਘਰ ਖਰੀਦਣਾ ਚਾਹੁੰਦੇ ਨੇ, ਘਰ ਖਰੀਦਣ ਵਾਸਤੇ ਅੱਜ ਦਾ ਦਿਨ ਸ਼ੁਭ ਹੈ। ਖਾਣ ਪੀਣ ਦਾ ਕੰਮ ਜੇਕਰ ਤੁਸੀਂ ਕਰਦੇ ਹੋ, ਅੱਜ ਦਾ ਦਿਨ ਤੁਹਾਡੇ ਲਈ ਕਾਫੀ ਫਾਇਦੇਮੰਦ ਰਹਿਣ ਵਾਲਾ ਹੈ। ਕਮਰਸ਼ੀਅਲ ਪ੍ਰੋਪਰਟੀ ਵਿੱਚ ਜੇਕਰ ਤੁਸੀਂ ਇਨਵੈਸਟ ਕਰਨਾ ਹੈ, ਬਿਲਕੁਲ ਕਰੋ। ਪਰਿਵਾਰਿਕ ਮਸਲਿਆਂ 'ਤੇ ਗੱਲਬਾਤ ਕਰਕੇ ਆਪਣੀ ਮਸਲਿਆਂ ਨੂੰ ਸੁਲਝਾਉਣ ਲਈ ਵੀ ਅੱਜ ਦਾ ਦਿਨ ਕਾਫੀ ਸ਼ੁਭ ਹੈ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਗੱਲਬਾਤ ਕਰਦੇ ਹੋਏ ਆਪਣੇ ਆਪ 'ਤੇ, ਆਪਣੇ ਆਪੇ 'ਤੇ ਕੰਟਰੋਲ ਰੱਖਣਾ ਹੈ। ਕੋਈ ਅਜਿਹੀ ਗੱਲ ਨਹੀਂ ਕਰਨੀ ਜੋ ਕਿਸੇ ਨੂੰ ਚੁੱਭ ਸਕਦੀ ਹੋਵੇ। ਅੱਜ ਉਪਾਅ ਕੀ ਕਰਨਾ ਹੈ ਕਿ ਇੱਕ ਧਾਰਮਿਕ ਕਿਤਾਬ ਤੁਸੀਂ ਮੰਦਿਰ ਵਿੱਚ ਦਾਨ ਕਰਨੀ ਹੈ। ਲੱਕੀ ਕਲਰ ਹੈ ਪਰਪਲ ਐਂਡ ਲੱਕੀ ਨੰਬਰ ਇਸ 15। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ। ਬਜਟ ਬਣਾ ਕੇ ਕੀਤਾ ਹੋਇਆ ਖਰਚਾ ਤੁਹਾਨੂੰ ਫਜ਼ੂਲ ਖਰਚੀ ਤੋਂ ਬਚਾਏਗਾ ਅਤੇ ਤੁਹਾਡੇ ਸੇਵਿੰਗਸ ਵਿੱਚ ਇਜ਼ਾਫਾ ਕਰੇਗਾ। ਕਾਰੋਬਾਰੀ ਫੈਸਲਾ ਜੇਕਰ ਤੁਸੀਂ ਕੋਈ ਲੈਣਾ ਹੈ ਤਾਂ ਬਿਲਕੁਲ ਸੋਚ ਸਮਝ ਕੇ, ਠੰਡੇ ਦਿਮਾਗ ਨਾਲ ਲੈਣਾ ਹੈ। ਕਾਹਲੀ ਨਹੀਂ ਕਰਨੀ, ਨਾ ਹੀ ਕਿਸੇ ਦੀ ਗੱਲ ਉੱਤੇ ਯਕੀਨ ਕਰਨਾ ਹੈ। ਫੌਰਨ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ, ਵਿਦੇਸ਼ ਯਾਤਰਾ ਦਾ ਜੇਕਰ ਮਨ ਹੈ, ਅੱਜ ਤੁਸੀਂ ਆਪਣੀ ਫਾਈਲ ਲਗਾਓ, ਤੁਹਾਡਾ ਕੰਮ ਬਣਦਾ ਹੋਇਆ ਨਜ਼ਰ ਆ ਰਿਹਾ। ਜ਼ਰੂਰਤ ਤੋਂ ਜ਼ਿਆਦਾ ਖਾਣਾ ਯਾਨੀ ਓਵਰ ਈਟਿੰਗ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਵਰਜਿਸ਼ ਅਤੇ ਯੋਗਾ ਕਰੋ, ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਅੱਜ ਦਾ ਉਪਾਅ, ਪਿੱਪਲ ਥੱਲੇ ਜਨੇਊ ਰੱਖਣਾ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਹੈ ਡਾਰਕ ਬਰਾਊਨ ਐਂਡ ਲੱਕੀ ਨੰਬਰ ਇਸ 11। ਜੈਮਿਨੀ ਯਾਨੀ ਮਿਥੁਨ ਰਾਸ਼ੀ। ਫਿਟਨੈਸ ਰੂਟੀਨ ਨੂੰ ਫੋਲੋ ਕਰਦੇ ਹੋਏ ਆਪਣੀ ਸਿਹਤ ਨੂੰ ਠੀਕ ਰੱਖਣਾ ਤੁਹਾਡੇ ਲਈ ਬਹੁਤ ਵਧੀਆ ਰਹੇਗਾ। ਜੇਕਰ ਕੋਈ ਡਾਈਟ ਪਲਾਨ ਤੁਸੀਂ ਫੋਲੋ ਕਰ ਰਹੇ ਹੋ, ਉਹਦੇ ਰਿਜ਼ਲਟਸ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣਗੇ। ਕੰਮ ਵਿੱਚ ਸਫਲਤਾ ਕੜੀ ਮਿਹਨਤ ਤੋਂ ਬਾਅਦ ਮਿਲਦੀ ਹੋਈ ਨਜ਼ਰ ਆ ਰਹੀ ਹੈ। ਅੱਜ ਮਿਹਨਤ ਜ਼ਿਆਦਾ ਅਤੇ ਲਾਭ ਥੋੜ੍ਹਾ ਘੱਟ ਹੈ। ਵਾਦ ਵਿਵਾਦ ਦੀ ਬਜਾਏ ਕੋਸ਼ਿਸ਼ ਕਰੋ ਕਿ ਸਾਰੇ ਮਸਲੇ ਤੁਸੀਂ ਸਲਾਹ ਮਸ਼ਵਰੇ ਨਾਲ, ਆਰਾਮ ਨਾਲ ਬੈਠ ਕੇ, ਠੰਡੇ ਦਿਮਾਗ ਨਾਲ ਗੱਲਬਾਤ ਰਾਹੀਂ ਸੁਲਝਾ ਲਓ। ਆਪਣਾ ਫ੍ਰੀ ਦਾ ਟਾਈਮ ਅੱਜ ਤੁਸੀਂ ਆਪਣੀ ਹੋਬੀਜ਼ ਵਿੱਚ ਇਨਵੈਸਟ ਕਰ ਸਕਦੇ ਹੋ। ਸ਼ਾਮ ਨੂੰ ਤੁਹਾਡਾ ਮੂਡ ਕਾਫੀ ਚੰਗਾ ਰਹੇਗਾ। ਅੱਜ ਦਾ ਉਪਾਅ, ਅੰਧ ਵਿਦਿਆਲੇ ਵਿੱਚ ਕੀਤਾ ਹੋਇਆ ਦਾਨ ਤੁਹਾਡੇ ਲਈ ਬਹੁਤ ਸ਼ੁਭ ਹੈ। ਲੱਕੀ ਕਲਰ ਇਜ਼ ਲਾਈਟ ਬਲੂ ਐਂਡ ਲੱਕੀ ਨੰਬਰ ਇਜ਼ 18। ਕੈਂਸਰ ਯਾਨੀ ਕਰਕ ਰਾਸ਼ੀ। ਅੱਜ ਨਵੇਂ ਬਿਜ਼ਨਸ, ਨਵੀਂ ਇਨਵੈਸਟਮੈਂਟ ਓਪਰਚੁਨਿਟੀ ਵਿੱਚ ਇਨਵੈਸਟ ਕਰਨਾ ਤੁਹਾਡੇ ਲਈ ਕਾਫੀ ਸ਼ੁਭ ਰਹੇਗਾ। ਜੇਕਰ ਤੁਸੀਂ ਸਿਕਿਉਰਿਟੀ ਸਰਵਿਸਿਜ਼ ਵਿੱਚ ਹੋ ਯਾਨੀ ਪੁਲਿਸ ਵਿੱਚ ਹੋ, ਜਾਂ ਕੋਈ ਗਾਰਡ ਦੀ ਨੌਕਰੀ ਕਰਦੇ ਹੋ, ਜਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਡਿਫੈਂਸ ਫੋਰਸਿਸ ਨਾਲ ਜੁੜੇ ਹੋਏ ਹੋ, ਤਾਂ ਤੁਹਾਡੇ ਲਈ ਅੱਜ ਦਾ ਦਿਨ ਬਹੁਤ ਜ਼ਰੂਰੀ ਹੈ। ਕੋਈ ਨਾ ਕੋਈ ਸੱਟ ਪੇਟ ਲੱਗ ਸਕਦੀ ਹੈ, ਚੋਟ ਲੱਗ ਸਕਦੀ ਹੈ, ਇਸ ਲਈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨੌਕਰੀ ਪੇਸ਼ਾ ਨਾਲ ਜੁੜੇ ਹੋਏ ਲੋਕਾਂ ਨੂੰ ਅੱਜ ਜੇਕਰ ਪ੍ਰਮੋਸ਼ਨ ਉਹਨਾਂ ਦੀ ਪੈਂਡਿੰਗ ਚੱਲ ਰਹੀ ਹੈ, ਪ੍ਰਮੋਸ਼ਨ ਮਿਲਦੀ ਹੋਈ ਨਜ਼ਰ ਆ ਰਹੀ ਹੈ, ਅਤੇ ਪਰਿਵਾਰ ਨਾਲ ਜੁੜੇ ਮਸਲੇ ਨਾ ਨੂੰ ਤੁਸੀਂ ਅੱਜ ਸਮਝਦਾਰੀ ਨਾਲ ਹੱਲ ਕਰ ਪਾਓਗੇ। ਅੱਜ ਦਾ ਉਪਾਅ, ਭਗਵਾਨ ਹਨੂੰਮਾਨ ਜੀ ਨੂੰ ਚਮੇਲੀ ਦਾ ਤੇਲ ਅਤੇ ਸਿੰਦੂਰ ਚੜਾਉਣਾ ਤੁਹਾਡੇ ਲਈ ਕਾਫੀ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਯੈਲੋ ਐਂਡ ਲੱਕੀ ਨੰਬਰ ਇਜ਼ 12। ਲੀਓ ਯਾਨੀ ਸਿੰਘ ਰਾਸ਼ੀ। ਅੱਜ ਤੁਸੀਂ ਕਾਫੀ ਕਲਾਤਮਕ ਅਤੇ ਕ੍ਰੀਏਟਿਵ ਕੰਮਾਂ ਵਿੱਚ ਰੁਚੀ ਰਹੋਗੇ। ਕਾਫੀ ਆਪਣੇ ਆਪ 'ਚ ਵੀ ਤੁਸੀਂ ਇੱਕ ਨਵੀਂ ਊਰਜਾ ਦਾ ਸੰਚਾਰ ਮਹਿਸੂਸ ਕਰ ਸਕਦੇ ਹੋ। ਧਾਰਮਿਕ ਸਥਾਨ 'ਤੇ ਜੇਕਰ ਕੋਈ ਘੁੰਮਣ ਫਿਰਨ ਦਾ, ਮੱਥਾ ਟੇਕਣ ਦਾ ਪ੍ਰੋਗਰਾਮ ਤੁਹਾਡਾ ਬਣਦਾ ਹੈ, ਜ਼ਰੂਰ ਜਾਓ। ਇਹ ਮੌਕਾ ਤੁਸੀਂ ਹੱਥੋਂ ਨਹੀਂ ਜਾਣ ਦੇਣਾ। ਵਿਦਿਆਰਥੀ ਜੇਕਰ ਹੋ ਤਾਂ ਉਹਨਾਂ ਦੀ
ਮਿਹਨਤ ਦੇ ਅਨੁਰੂਪ ਅੱਜ ਉਹਨਾਂ ਨੂੰ ਫਲ ਮਿਲਦਾ ਹੋਇਆ ਨਜ਼ਰ ਆ ਰਿਹਾ ਅਤੇ ਅੱਜ ਪਿਤਾ ਦਾ ਦਿੱਤਾ ਹੋਇਆ ਆਸ਼ੀਰਵਾਦ ਜਾਂ ਪਿਤਾ ਦੀ ਦਿੱਤੀ ਹੋਈ ਸਲਾਹ ਤੁਹਾਡੇ ਬਿਜ਼ਨਸ ਲਈ ਬਹੁਤ ਲਾਭਕਾਰੀ ਸਿੱਧ ਹੋਏਗੀ। ਉਪਾਅ ਕੀ ਕਰਨਾ ਹੈ ਕਿ ਧਾਰਮਿਕ ਸਥਾਨ 'ਤੇ ਘਿਓ ਦਾ ਦਾਨ ਕਰਨਾ ਹੈ। ਲੱਕੀ ਕਲਰ ਇਜ਼ ਆਫ ਵਾਈਟ ਐਂਡ ਲੱਕੀ ਨੰਬਰ ਇਜ਼ 7। ਵਰਗੋ ਯਾਨੀ ਕੰਨਿਆ ਰਾਸ਼ੀ, ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ। ਕੰਮ ਵਿੱਚ ਸਫਲਤਾ ਤੁਹਾਨੂੰ ਕਾਫੀ ਮਿਲੇਗੀ। ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕਿਸੇ ਨਾਲ ਵੀ ਗੱਲਬਾਤ ਕਰਦੇ ਹੋਏ ਆਪਣੇ ਸ਼ਬਦਾਂ ਦਾ ਚੁਣਾਵ ਬਹੁਤ ਸੋਚ ਸਮਝ ਕੇ ਕਰਨਾ ਹੈ। ਕਿਸੇ ਨਾਲ ਉੱਚੀ ਨੀਵੀਂ ਗੱਲ ਤੁਸੀਂ ਨਹੀਂ ਕਰਨੀ ਅਤੇ ਅੱਜ ਤੁਸੀਂ ਆਪਣਾ ਫਰੀ ਟਾਈਮ ਜਿਹੜਾ ਹੈ ਆਪਣੇ ਆਪ 'ਤੇ ਇਨਵੈਸਟ ਕਰੋ, ਮੈਡੀਟੇਟ ਕਰੋ, ਥੋੜ੍ਹਾ ਆਪਣੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਉਪਾਅ ਕੀ ਕਰਨਾ ਹੈ, ਤੁਸੀਂ ਦਾਨ ਦੇਣਾ ਹੈ ਕਿਸੇ ਵੀ ਐਸੇ ਇਨਸਾਨ ਨੂੰ ਜੋ ਅਪਾਹਿਜ ਹੋਏ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਮੈਡੀਕਲ ਕੋਈ ਰਿਕੁਆਇਰਮੈਂਟ ਹੈ ਤਾਂ ਉਹਦੀ ਮਦਦ ਕਰੋ। ਲੱਕੀ ਕਲਰ ਤੁਹਾਡੇ ਲਈ ਅੱਜ ਰਹੇਗਾ ਬਲੂ ਐਂਡ ਲੱਕੀ ਨੰਬਰ ਇਜ਼ 72। ਪਿਆਰੇ ਦਰਸ਼ਕੋਂ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ, ਇਸ ਸਾਇੰਸ ਨੂੰ ਤੁਸੀਂ ਸਿੱਖਣਾ ਚਾਹੁੰਦੇ ਹੋ, ਦੇਸ਼ ਵਿਦੇਸ਼ ਜਾਣਾ ਚਾਹੁੰਦੇ ਹੋ, ਕਰੀਅਰ ਬਾਰੇ ਕੁਛ ਜਾਣਨਾ ਚਾਹੁੰਦੇ ਹੋ, ਬਿਜ਼ਨਸ ਵਿੱਚ ਕੋਈ ਅੜਚਨ ਆ ਰਹੀ ਹੈ, ਸ਼ਾਦੀ ਵਿਆਹ ਵਿੱਚ ਰੁਕਾਵਟ ਹੈ ਜਾਂ ਸੰਤਾਨ ਪ੍ਰਾਪਤੀ ਨਹੀਂ ਹੋ ਪਾ ਰਹੀ, ਤੁਸੀਂ ਆਪਣਾ ਘਰ, ਆਫਿਸ, ਦੁਕਾਨ ਜਾਂ ਫੈਕਟਰੀ ਨੂੰ ਵਾਸਤੂ ਦੇ ਅਨੁਸਾਰ ਬਣਾਉਣਾ ਚਾਹੁੰਦੇ ਹੋ ਜਾਂ ਮਨ ਵਿੱਚ ਵਾਸਤੂ ਦੋਸ਼ ਨੂੰ ਲੈ ਕੇ ਕੋਈ ਖਿਆਲ ਹੈ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਆਪਣਾ ਟਾਈਮ ਆਫ ਬਰਥ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ। ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਅੱਜ ਜੋ ਸਵਾਲ ਕੀਤਾ ਹੈ ਉਹ ਜੀਵਨ ਸਿੰਘ ਜੀ ਨੇ ਫਗਵਾੜੇ ਤੋਂ ਕੀਤਾ ਹੈ ਕਿ ਜੋਬ ਵਿੱਚ ਪ੍ਰਮੋਸ਼ਨ ਬੜੀ ਦੇਰ ਤੋਂ ਨਹੀਂ ਮਿਲ ਰਹੀ, ਕੀ ਉਪਾਅ ਕੀਤਾ ਜਾਏ। ਜੀਵਨ ਜੀ, ਤੁਹਾਡੀ ਕੁੰਡਲੀ ਤੁਲਾ ਲਗਨ ਦੀ ਕੁੰਡਲੀ ਹੈ, ਮਿਥੁਨ ਤੁਹਾਡੀ ਰਾਸ਼ੀ ਹੈ ਅਤੇ ਤੁਸੀਂ ਬੁੱਧ ਦੀ ਮਹਾਂਦਸ਼ਾ ਤੋਂ ਗੁਜ਼ਰ ਰਹੇ ਹੋ। ਜੋਬ ਦਾ ਕਾਰਕ ਸ਼ਨੀ ਅਤੇ ਗਰੋਥ ਦਾ ਕਾਰਕ ਸੂਰਜ ਬ੍ਰਹਿਸਪਤੀ ਨਾਲ ਤਰੱਕੀ ਦੇ ਯੋਗ ਬਣਾਉਂਦਾ ਹੋਇਆ ਨਜ਼ਰ ਆ ਰਿਹਾ। 12 ਨਵੰਬਰ ਨੂੰ ਤੁਹਾਡੇ ਕੁੰਡਲੀ ਵਿੱਚ ਸ਼ੁੱਕਰ ਦੀ ਅੰਤਰਦਸ਼ਾ ਸ਼ੁਰੂ ਹੋ ਰਹੀ ਹੈ। 12 ਨਵੰਬਰ ਤੋਂ ਬਾਅਦ ਤੁਹਾਨੂੰ ਪ੍ਰਮੋਸ਼ਨ ਮਿਲਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹੈ। ਉਪਾਅ ਕੀ ਕਰਨਾ ਹੈ ਕਿ ਮੰਗਲਵਾਰ ਦੇ 300 ਗ੍ਰਾਮ ਗੁੜ ਤੁਸੀਂ ਦਾਨ ਕਰਨਾ ਹੈ ਅਤੇ 900 ਗ੍ਰਾਮ ਹਰੀ ਮੂੰਗੀ 9 ਬੁੱਧਵਾਰ ਧਾਰਮਿਕ ਸਥਾਨ 'ਤੇ ਦਾਨ ਦੇ, ਇਹ ਕਰੋ, ਤੁਹਾਨੂੰ ਪ੍ਰਮੋਸ਼ਨ ਜ਼ਰੂਰ ਮਿਲੇ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਕਿਸੇ ਕੰਮ ਦੇ ਚਲਦੇ ਅਚਾਨਕ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ। ਜੇ ਲੰਬੇ ਸਮੇਂ ਤੋਂ ਸਿਹਤ ਖਰਾਬ ਹੈ ਤਾਂ ਅੱਜ ਸਿਹਤ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ। ਘਰ ਦੇ ਕਿਸੇ ਸਦੱਸ ਦਾ ਵਿਆਹ ਪੱਕਾ ਹੋਣ ਕਰਕੇ ਘਰ ਦਾ ਮਾਹੌਲ ਖੁਸ਼ਨੁਮਾ ਬਣਿਆ ਰਹੇਗਾ ਅਤੇ ਪਰਿਵਾਰ ਨਾਲ ਜੁੜੇ ਹੋਏ ਮਸਲੇ ਅੱਜ ਹੱਲ ਹੋ ਜਾਣਗੇ। ਉਪਾਅ ਕੀ ਕਰਨਾ ਹੈ ਕਿ ਚਿੱਟੇ ਚਾਵਲ ਤੁਸੀਂ ਮੰਦਰ ਵਿੱਚ ਦਾਨ ਕਰਨੇ ਨੇ। ਲੱਕੀ ਕਲਰ ਇਜ਼ ਪਿੰਕ, ਲੱਕੀ ਨੰਬਰ ਇਜ਼ 16। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ, ਇਨਕਮ ਦੇ ਨਵੇਂ ਰਸਤੇ, ਪੈਸੇ ਦੀ ਆਮਦਨ ਦੇ ਨਵੇਂ ਰਸਤੇ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹੈ। ਜੇਕਰ ਤੁਸੀਂ ਕੰਮ ਕੋਈ ਪਾਰਟਨਰਸ਼ਿਪ ਵਿੱਚ ਕਰਨਾ ਹੈ ਜਾਂ ਕਰ ਰਹੇ ਹੋ, ਉਸ ਪਾਰਟਨਰਸ਼ਿਪ ਨੂੰ ਪੇਪਰ 'ਤੇ ਉਤਾਰ ਲਓ ਅਤੇ ਇੱਕ ਨਾ ਇੱਕ ਸਾਈਨ ਆਪਣੇ ਪਾਰਟਨਰ ਦੇ ਉਸ ਪੇਪਰ ਉੱਤੇ ਲਓ, ਤੁਹਾਡੇ ਲਈ ਸ਼ੁਭ ਰਹੇਗਾ। ਖੁਦ ਨੂੰ ਵਿਅਸਤ ਰੱਖ ਕੇ ਟੈਨਸ਼ਨ ਨੂੰ ਦੂਰ ਰੱਖਣਾ ਹੈ। ਭੈਣ ਭਰਾਵਾਂ ਵਿੱਚ ਕੋਈ ਨਾ ਕੋਈ ਗਲਤ ਫਹਿਮੀ, ਛੋਟੀ ਜਿਹੀ ਗੱਲਾਂ ਨੂੰ ਲੈ ਕੇ ਜਿਹੜੀ ਬਣੀ ਹੋਈ ਹੈ ਉਹ ਦੂਰ ਹੋਏਗੀ ਅਤੇ ਤੁਹਾਡੀ ਨਜ਼ਦੀਕੀਆਂ ਵਧਣਗੀਆਂ। ਜੀਵਨ ਸਾਥੀ ਦੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਉਪਾਅ ਕੀ ਕਰਨਾ ਹੈ ਕਿ ਕਾਲੇ ਕੌਏ ਅਤੇ ਕਾਲੇ ਕੁੱਤੇ ਨੂੰ ਤੇਲ ਨਾਲ ਚੁੱਪੜੀ ਹੋਈ ਰੋਟੀ ਤੁਸੀਂ ਪਾਣੀ ਹੈ। ਲੱਕੀ ਕਲਰ ਹੈ ਸਕਾਈ ਬਲੂ, ਲੱਕੀ ਨੰਬਰ ਹੈ 8। ਸੈਜੀਟੇਰੀਅਸ ਯਾਨੀ ਧਨੁ ਰਾਸ਼ੀ, ਬਦਲਦੇ ਮੌਸਮ ਵਿੱਚ ਠੰਡੀ ਤਸੀਰ ਵਾਲੀ ਚੀਜ਼ਾਂ ਦਾ ਸੇਵਨ ਤੁਸੀਂ ਨਹੀਂ ਕਰਨਾ, ਅਵੋਇਡ ਕਰੋ। ਯੋਗਾ ਅਤੇ ਮੈਡੀਟੇਸ਼ਨ ਤੁਹਾਡੀ ਸਿਹਤ ਠੀਕ ਰੱਖਣਗੇ।
ਬਿਹਤਰ ਇਹੀ ਰਹੇਗਾ ਕਿ ਤੁਸੀਂ ਆਪਣੇ ਕੰਮ ਨੂੰ ਅੱਜ ਆਪਣੇ ਆਪ ਨਿਪਟਾਓ। ਕਿਸੇ ਉੱਤੇ ਤੁਸੀਂ ਇਹ ਕੰਮ ਦਾ ਭਾਰ ਨਹੀਂ ਪਾਉਣਾ, ਨਾ ਹੀ ਇਹ ਕੰਮ ਕੱਲ੍ਹ ਜਾਂ ਪਰਸੋਂ 'ਤੇ ਛੱਡਣਾ ਹੈ। ਆਪਣੇ ਮੋਢਿਆਂ 'ਤੇ ਆਪਣਾ ਭਾਰ ਖੁਦ ਚੁੱਕਣਾ। ਨੌਕਰੀ ਨਾਲ ਜੁੜੇ ਹੋਏ ਲੋਕਾਂ ਦੀ ਟ੍ਰਾਂਸਫਰ ਮਨਪਸੰਦ ਜਗ੍ਹਾ ਹੋ ਸਕਦੀ ਹੈ। ਅੱਜ ਦਾ ਉਪਾਅ ਕੇਲੇ ਦਾ ਮੰਦਿਰ ਵਿੱਚ ਦਾਨ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਯੈਲੋ ਐਂਡ ਲੱਕੀ ਨੰਬਰ ਇਜ਼ 17। ਕੈਪਰੀਕੋਨ ਯਾਨੀ ਮਕਰ ਰਾਸ਼ੀ, ਨਵੇਂ ਕੰਮ ਨੂੰ ਜੇਕਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸ਼ੁਰੂ ਕਰਨ ਦਾ ਸਹੀ ਸਮਾਂ ਹੈ। ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਸਹੀ ਮਾਰਗ ਦਰਸ਼ਨ ਦੇਣ ਦੀ ਲੋੜ ਹੈ, ਨਹੀਂ ਤਾਂ ਬੱਚਿਆਂ ਵਿੱਚ ਅਤੇ ਤੁਹਾਡੇ ਵਿੱਚ ਜਿਹੜਾ ਗੈਪ ਹੈ ਉਹ ਵੱਧ ਜਾਏਗਾ। ਵਿਅਰਥ ਦੀ ਪ੍ਰੇਮ ਸੰਬੰਧਾਂ ਵਿੱਚ ਟਾਈਮ ਵੇਸਟ ਨਾ ਕਰੋ। ਤੁਹਾਡੀ ਦਾਲ ਗਲਦੀ ਹੋਈ ਨਜ਼ਰ ਨਹੀਂ ਆ ਰਹੀ ਅਤੇ ਘਰ ਵਿੱਚ ਕਿਸੇ ਨਾ ਕਿਸੇ ਦਾ ਰਿਸ਼ਤਾ ਪੱਕਾ ਹੁੰਦਾ ਹੋਇਆ ਨਜ਼ਰ ਆ ਰਿਹਾ ਅਤੇ ਪਾਰਟੀ ਵਰਗਾ ਮਾਹੌਲ ਬਣਿਆ ਰਹੇਗਾ। ਉਪਾਅ ਕੀ ਕਰਨਾ ਹੈ ਕਿ ਸਕੂਲ ਵਿੱਚ ਕਿਤਾਬਾਂ ਦਾ ਦਾਨ ਦੇਣਾ ਹੈ। ਲੱਕੀ ਕਲਰ ਹੈ ਸੀ ਗ੍ਰੀਨ ਐਂਡ ਲੱਕੀ ਨੰਬਰ ਇਜ਼ 40। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਪਲਾਨਿੰਗ ਨਾਲ ਕੀਤਾ ਹੋਇਆ ਕੰਮ ਤੁਹਾਨੂੰ ਸਫਲਤਾ ਦਿਲਾਏਗਾ। ਪਰਿਵਾਰ ਨਾਲ ਜੁੜੇ ਹੋਏ ਮਾਮਲੇ ਗੱਲਬਾਤ ਰਾਹੀਂ ਸੁਲਝ ਜਾਣਗੇ ਅਤੇ ਜਾਇਦਾਦ ਨਾਲ ਜੁੜੇ ਹੋਏ ਮਸਲੇ ਵੀ ਸੁਲਝਦੇ ਹੋਏ ਨਜ਼ਰ ਆ ਰਹੇ ਨੇ। ਨਵੇਂ ਸੰਬੰਧ ਲੋਕਾਂ ਨਾਲ ਬਣਨਗੇ ਅਤੇ ਬਿਜ਼ਨਸ ਵਿੱਚ ਨਵੇਂ ਰਸਤੇ ਉਹਨਾਂ ਦੇ ਰਾਹੀਂ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹੈ। ਉਪਾਅ ਕੀ ਕਰਨਾ ਹੈ ਕਿ ਚੀਨੀ ਚਾਵਲ ਅਤੇ ਦੁੱਧ ਮੰਦਰ ਵਿੱਚ ਚੜ੍ਹਾਉਣਾ ਹੈ। ਲੱਕੀ ਕਲਰ ਹੈ ਕ੍ਰੀਮ, ਲੱਕੀ ਨੰਬਰ ਇਜ਼ 7। ਪਾਈਸਿਸ ਯਾਨੀ ਮੀਨ ਰਾਸ਼ੀ, ਅੱਜ ਦਾ ਦਿਨ ਤੁਹਾਡਾ ਕਾਫੀ ਬਿਜ਼ੀ ਰਹਿਣ ਵਾਲਾ ਹੈ, ਪਰ ਇਸ ਦੇ ਬਾਵਜੂਦ ਤੁਸੀਂ ਆਪਣੇ ਯਾਰ ਦੋਸਤਾਂ ਲਈ, ਆਪਣੇ ਪਰਿਵਾਰ ਲਈ ਟਾਈਮ ਜ਼ਰੂਰ ਕੱਢੋਗੇ। ਜਰਨਲਿਜ਼ਮ ਨਾਲ ਜੇਕਰ ਤੁਸੀਂ ਜੁੜੇ ਹੋਏ ਹੋ ਤਾਂ ਤੁਸੀਂ ਕਾਫੀ ਵਿਅਸਤ ਰਹਿਣ ਵਾਲੇ ਹੋ, ਤੁਹਾਨੂੰ ਕਾਫੀ ਟਰੈਵਲ ਵੀ ਕਰਨਾ ਪਏਗਾ। ਬਿਜ਼ਨਸ ਵਿੱਚ ਵੀ ਦੌੜ ਧੁੱਪ ਤੋਂ ਬਾਅਦ ਹੀ ਤੁਹਾਨੂੰ ਸਫਲਤਾ ਮਿਲੇਗੀ। ਤੁਹਾਡੀ ਸਲਾਹ ਪਰਿਵਾਰ ਵਾਸਤੇ ਕਾਫੀ ਫਾਇਦੇਮੰਦ ਰਹੇਗੀ, ਇਸ ਕਰਕੇ ਤੁਸੀਂ ਜੋ ਵੀ ਸਲਾਹ ਦੇਣੀ ਹੈ ਉਹ ਸੋਚ ਸਮਝ ਕੇ ਦੇਣੀ ਹੈ, ਕਿਉਂਕਿ ਅੱਜ ਤੁਹਾਡੇ ਫੈਮਿਲੀ ਮੈਂਬਰਸ, ਪਰਿਵਾਰ, ਦੋਸਤ ਮਿੱਤਰ ਤੁਹਾਡੀ ਸਲਾਹ ਦਾ ਅਸਲੀ ਮੁੱਲ ਪਾਣਗੇ। ਉਪਾਅ ਕੀ ਕਰਨਾ ਹੈ ਕਿ ਮੰਦਰ ਵਿੱਚ ਗੁੜ ਵਾਲੇ ਚਾਵਲ ਤੁਸੀਂ ਚੜ੍ਹਾਉਣੇ ਨੇ। ਲੱਕੀ ਕਲਰ ਹੈ ਰੈੱਡ, ਲੱਕੀ ਨੰਬਰ ਇਸ 9। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਿਸ਼ਨੂੰ ਗੁਪਤਾ ਤੁਹਾਡੇ ਸਾਹਮਣੇ ਕੱਲ੍ਹ ਫਿਰ ਹਾਜ਼ਰ ਹੋਵਾਂਗਾ, ਨਵੇਂ ਰਾਸ਼ੀਫਲ, ਨਵੇਂ ਉਪਾਅ, ਨਵੇਂ ਲੱਕੀ ਕਲਰ ਅਤੇ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।